ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਜੀ ਤੁਹਾਡਾ ਸਾਡੇ ਯੂਟਿਊਬ ਚੈਨਲ ਪੰਜਾਬੀ ਗੇਮਰਸ ਵਿੱਚ ਇੱਕ ਵਾਰ ਫਿਰ। ਅਤੇ ਅੱਜ ਅਸੀਂ ਕੋਈ ਗੇਮ ਪਲੇ ਨਹੀਂ ਕਰ ਰਹੇ ਹਾਂ ਜੀ, ਅੱਜ ਅਸੀਂ ਇੱਕ ਬਹੁਤ ਹੀ ਇੰਪੋਰਟੈਂਟ ਡਿਸਕਸ਼ਨ ਕਰਨ ਜਾ ਰਹੇ ਹਾਂ ਜੀ PS4 ਦੇ ਨਾਲ ਰਿਲੇਟਡ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਜੀ ਕਿ ਸੋਨੀ ਨੇ ਹੁਣੀ ਹੁਣੀ ਲੇਟੈਸਟ ਵਰਜ਼ਨ ਕੱਢਿਆ ਜੀ 8.50। ਅਤੇ ਤੁਸੀਂ ਦੇਖ ਹੀ ਸਕਦੇ ਹਾਂ ਜੀ ਯੂਟਿਊਬ 'ਤੇ ਬਹੁਤ ਹੀ ਜ਼ਿਆਦਾ ਵੀਡੀਓਜ਼ ਆ ਚੁੱਕੀਆਂ ਕਿ ਅਸੀਂ 8.50 ਨੂੰ ਜੇਲਬ੍ਰੇਕ ਕਰ ਸਕਦੇ ਹਾਂ ਜੀ, ਹੁਣ ਇਹ ਪੋਸੀਬਲ ਆ ਜੀ। ਤੁਸੀਂ ਦੇਖ ਹੀ ਸਕਦੇ ਯੂਟਿਊਬ 'ਤੇ ਬਹੁਤ ਜ਼ਿਆਦਾ ਵੀਡੀਓਜ਼ ਆ ਜੀ। ਅਤੇ ਮੈਂ ਇਹਨਾਂ ਸਾਰਿਆਂ ਨੂੰ ਹੀ ਐਕਸਪੋਜ਼ ਕਰਨ ਜਾ ਰਿਹਾ ਕਿ 8.50 ਜੇਲ ਬ੍ਰੇਕ ਪੋਸੀਬਲ ਹੈ ਜਾਂ ਨਹੀਂ ਜੀ, ਠੀਕ ਹੈ ਜੀ। ਅਤੇ ਉੱਦਾਂ ਤਾਂ ਯੂਟਿਊਬ 'ਤੇ ਹਜ਼ਾਰਾਂ ਵੀਡੀਓ ਆ ਜੀ, ਤੁਸੀਂ ਜਿੱਦਾਂ ਸਰਚ ਕਰ ਲਓ ਕਿ ਹਾਊ ਟੂ ਜੇਲ ਬ੍ਰੇਕ 8.50, ਤੁਹਾਨੂੰ ਹਜ਼ਾਰਾਂ ਵੀਡੀਓਜ਼ ਆ ਜੂੰਗੀਆਂ ਜੀ। ਅਤੇ ਮੈਂ ਇੱਕ ਇੱਕ ਮੇਨ ਵੀਡੀਓ ਮਤਲਬ ਲੈ ਕੇ ਕੁਛ ਚੱਲਾਂਗਾ ਜੀ, ਠੀਕ ਹੈ ਜੀ। ਜਿੱਦਾਂ ਜਿੱਦਾਂ ਉਸ ਯੂਟਿਊਬਰ ਨੇ ਕੀਤਾ ਆ, ਉੱਦਾਂ ਮੈਂ ਸਟੈਪ ਬਾਏ ਸਟੈਪ ਫੋਲੋ ਕਰਕੇ ਦਿਖਾਵਾਂਗਾ ਜੀ ਤੁਹਾਨੂੰ ਸਾਰਾ ਕਿ ਜੇਲ ਬ੍ਰੇਕ ਪੋਸੀਬਲ ਹੈ ਜਾਂ ਨਹੀਂ। ਚਲੋ ਜੀ, ਨਾ ਟਾਈਮ ਵੇਸਟ ਕਰਦੇ ਹੋਏ ਅਸੀਂ ਵੀਡੀਓ ਸ਼ੁਰੂ ਕਰਦੇ ਹਾਂ ਜੀ। ਲਓ ਜੀ, ਅਸੀਂ PS4 ਦੀ ਸਕਰੀਨ 'ਤੇ ਆ ਚੁੱਕੇ ਹਾਂ ਜੀ। ਸਭ ਤੋਂ ਪਹਿਲਾਂ ਜੀ ਮੈਂ ਤੁਹਾਨੂੰ ਆਪਣਾ ਸੋਫਟਵੇਅਰ ਵਰਜ਼ਨ ਦਿਖਾਉਣਾ ਹੈ ਜੀ, ਕਿਹੜਾ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ। ਸੋਫਟਵੇਅਰ ਵਰਜ਼ਨ ਹੈਗਾ ਹੈ ਜੀ, ਲਓ ਜੀ ਤੁਸੀਂ ਚੈੱਕ ਕਰ ਸਕਦੇ ਹਾਂ 8.50 ਸੋਫਟਵੇਅਰ ਵਰਜ਼ਨ ਆ ਜੀ, ਠੀਕ ਹੈ ਜੀ। ਅਤੇ ਹੁਣ ਮੈਂ ਉਹੀ ਸਾਰੇ ਸਟੈਪ ਫੋਲੋ ਕਰੂੰਗਾ ਜੀ ਜੋ ਵੀਡੀਓ ਵਿੱਚ ਉਹ ਯੂਟਿਊਬਰ ਕਰਕੇ ਦਿਖਾਉਂਦਾ ਹੈ ਜੀ। ਸਭ ਤੋਂ ਪਹਿਲਾਂ ਜੀ ਉਹ ਬਰਾਊਜ਼ਰ 'ਤੇ ਜਾਂਦਾ ਹੈ, ਠੀਕ ਹੈ ਜੀ। ਬਰਾਊਜ਼ਰ 'ਤੇ ਜਾਣ ਤੋਂ ਬਾਅਦ ਪਹਿਲਾਂ ਅਸੀਂ ਉਹ ਸਾਰਾ ਜੀ ਡਾਟਾ ਡਿਲੀਟ ਕਰਦਾ ਜੀ, ਆਲ ਡਾਟਾ ਅਸੀਂ ਡਿਲੀਟ ਕਰ ਲੈਂਦੇ ਹਾਂ ਜੀ। ਫਿਰ ਬਾਅਦ ਵਿੱਚ ਜੀ ਉਹ ਇੱਥੇ ਸਾਈਡ ਸਰਚ ਕਰਦਾ ਜੀ, ਇੱਕ ਐਕਸ ਹਾਰਡ ਹੈਂਪਸ ਅਸੀਂ ਵੀ ਸਰਚ ਕਰ ਲੈਂਦੇ ਹਾਂ ਜੀ। ਠੀਕ ਹੈ ਜੀ, ਅਸੀਂ ਸਰਚ ਕਰ ਲੈਂਦੇ ਹਾਂ ਐਕਸ ਹਾਰਡ ਹੈਂਪਸ ਡੋਟ ਨੈਟ। ਸਾਈਡ ਓਪਨ ਹੋ ਰਹੀ ਹੈ ਜੀ। ਲਓ ਜੀ ਸਾਈਡ ਓਪਨ ਹੋ ਗਈ ਹੈ ਜੀ। ਸਾਈਡ ਓਪਨ ਹੋਣ ਤੋਂ ਬਾਅਦ ਜੀ ਸਾਈਡ ਵਾਲੇ ਓਪਨ ਹੋ ਲੈਣ ਦਿੰਦੇ ਹਾਂ ਜੀ। ਉਸ ਤੋਂ ਬਾਅਦ ਜੀ ਉਹ ਜਾਂਦਾ PS4 ਐਕਸ ਪ੍ਰੋ ਲਾਈਟਸ 8.52, ਠੀਕ ਹੈ ਜੀ। ਲਓ ਜੀ ਇਹ ਓਪਨ ਹੋ ਚੁੱਕਾ ਆ। ਫਿਰ ਉਸ ਤੋਂ ਬਾਅਦ ਉਹ ਨੀਚੇ ਜਾਂਦਾ ਆ, ਅਸੀਂ ਵੀ ਸਾਰਾ ਫੁੱਲ ਫੁੱਲ ਸਟੈਪ ਫੋਲੋ ਕਰਾਂਗੇ ਜੀ। ਨੰਬਰ 1 'ਤੇ ਜਾਂਦਾ ਜੀ, ਫਿਰ ਉਹ ਐਕਸਪਲੋਇਟ 8.52, ਐਕਸਪਲੋਇਟ 8.52 'ਤੇ ਜਾਂਦਾ। ਫਿਰ ਉਹ ਜੀ ਜਾਂਦਾ ਹੈ ਜੀ ਹਾਊ ਟੂ ਜੇਲ ਬ੍ਰੇਕ ਔਨ PS4 8.52। ਤੁਸੀਂ ਦੇਖ ਵੀ ਸਕਦੇ ਹੋ 8.52 ਆ ਜੀ, ਹਾਲੇ ਕੋਈ ਵੈਸੇ 8.52 ਕੋਈ ਵੀ ਜੇਲ ਬ੍ਰੇਕ ਨਹੀਂ ਆਇਆ। 8.52 ਜੇਲ ਬ੍ਰੇਕ ਹੀ 8.52 ਹਾਲੇ ਤੱਕ ਕੋਈ ਸੋਫਟਵੇਅਰ ਸੋਨੀ ਨੇ ਕੱਢਿਆ ਹੀ ਨਹੀਂ ਹੈ, 8.50 ਹੀ ਆ ਫਿਲਹਾਲ ਤਾਂ ਹਾਲੇ। ਫਿਰ ਉਸ ਤੋਂ ਬਾਅਦ ਜੀ ਉਹ ਲੋਡ 'ਤੇ ਜਾਂਦਾ ਹੈ ਜੀ, ਠੀਕ ਹੈ ਜੀ। ਲੋਡ 'ਤੇ ਜਾਣ ਤੋਂ ਬਾਅਦ ਥੋੜ੍ਹੀ ਲੋਡਿੰਗ ਲੈਂਦਾ ਆ, ਫਿਰ ਆਟੋਮੈਟਿਕ ਹੀ ਲਓ ਜੀ ਆਟੋਮੈਟਿਕ ਹੀ ਚੇਂਜ ਹੋ ਗਿਆ ਜੀ। 8.52 'ਤੇ ਜਾਂਦਾ ਉਹ, ਫਿਰ ਲੋਡ 'ਤੇ ਕਲਿੱਕ ਕਰਦਾ, ਫਿਰ ਜੀ ਉਹ ਫਿਰ ਉਹ ਹੈਂਡ ਸਿਲੈਕਟ ਕਰਦੇ ਹਾਂ ਅਸੀਂ ਵੀ, ਹੋ ਰਹੀ ਹੈ ਜੇਲ ਬ੍ਰੇਕ, ਦੇਖਦੇ ਹਾਂ ਜੇਲ ਬ੍ਰੇਕ ਹੁੰਦਾ ਹੈ ਜਾਂ ਨਹੀਂ ਹੁੰਦਾ। ਲਿਖ ਕੇ ਆ ਗਿਆ ਜੀ ਸਾਰਾ ਇਸ ਟਾਈਮ। ਲਓ ਜੀ ਤੁਸੀਂ ਦੇਖ ਹੀ ਸਕਦੇ ਹਾਂ ਸਕਰੀਨ 'ਤੇ ਫੇਲਡ ਆ ਚੁੱਕਾ ਹੈ ਜੀ, ਫੇਲ ਟੂ ਰੀਯੂਜ ਟਾਰਗੇਟ OBJJ, ਠੀਕ ਹੈ ਜੀ। ਤੁਸੀਂ ਦੇਖ ਹੀ ਸਕਦੇ ਹੋ ਜੀ। ਮੈਂ ਬਸ ਇਹੀ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਕਰਕੇ ਦਿਖਾਉਣਾ ਚਾਹੁੰਦਾ ਸੀਗਾ ਖੁਦ ਪ੍ਰੈਕਟੀਕਲ ਕਿ ਫਿਲਹਾਲ ਹਾਲੇ ਫਿਲਹਾਲ ਕੋਈ ਵੀ 8.50 ਦਾ ਜੇਲ ਬ੍ਰੇਕ ਨਹੀਂ ਆਇਆ ਜੀ, ਠੀਕ ਹੈ ਜੀ। ਜਦੋਂ ਵੀ ਜੇਲ ਬ੍ਰੇਕ 8.50 ਦਾ ਆਊਂਗਾ ਤਾਂ ਮੈਂ ਜੀ ਵੀਡੀਓ ਲੈ ਕੇ ਹਾਜ਼ਰ ਹੋ ਜਾਊਂਗਾ ਜੀ ਤੁਹਾਡੇ ਮੂਹਰੇ। ਅਤੇ ਮੈਂ ਬਸ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਜੀ ਕਿ ਇਹਨਾਂ ਸਾਰੀਆਂ ਫੇਕਸ ਵੀਡੀਓ ਤੋਂ ਤੁਸੀਂ ਬਚੋ ਜੀ ਜਿੰਨਾ ਬਚ ਹੁੰਦਾ, ਠੀਕ ਹੈ ਜੀ। ਇਹਨਾਂ ਨੂੰ ਫ੍ਰੀ ਦੇ ਵਿਊਜ਼ ਨਾ ਦਿਓ ਜੀ। ਅਤੇ ਜਿਸ ਵੀਡੀਓ 'ਤੇ ਮੈਂ ਦੇਖ ਕੇ ਇਹ ਸਾਰੀ ਵੀਡੀਓ ਬਣਾਈ ਹੈ ਜੀ, ਮੈਂ ਉਸ ਵੀਡੀਓ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਦੇ ਦੂੰਗਾ, ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਹਾਂ। ਉਸਨੇ ਵੀਡੀਓ ਆਪਣੀ ਸਿੱਧੀ ਸਟਾਰਟ ਕਰ ਦਿੰਦਾ, ਉਹ ਆਪਣਾ ਸਿੱਧਾ ਬਰਾਊਜ਼ਰ ਹੀ ਓਪਨ ਕਰਦਾ ਆ, ਨਾ ਆਪਣਾ ਕੋਈ ਸੋਫਟਵੇਅਰ ਵਰਜ਼ਨ ਦਿਖਾਉਂਦਾ ਆ, ਨਾ ਕੁਛ ਕਰਦਾ, ਸਿੱਧਾ ਬਰਾਊਜ਼ਰ ਓਪਨ ਕਰਕੇ ਸਾਈਡ ਓਪਨ ਕਰਕੇ ਫਿਰ ਤੁਹਾਨੂੰ ਸਾਰਾ ਕਰਕੇ ਦਿਖਾਉਂਦਾ ਕਿ ਜੇਲ ਬ੍ਰੇਕ ਹੋ ਚੁੱਕਾ ਆ। ਬਟ ਉਹਦਾ ਸੋਫਟਵੇਅਰ ਵਰਜ਼ਨ 7.55 ਹੋਊਗਾ ਜਾਂ ਫਿਰ ਉਸ ਤੋਂ ਥੱਲੇ ਹੋਊਗਾ। 7.55 ਤੱਕ ਹੀ ਹਾਲੇ ਜੇਲ ਬ੍ਰੇਕ ਪੋਸੀਬਲ ਆ। ਹਾਲੇ ਫਿਲਹਾਲ ਸੋਨੀ ਨੇ ਜੋ ਨਿਊ ਲੇਟੈਸਟ ਵਰਜ਼ਨ ਕੱਢਿਆ 8.50, 8.03, ਉਸ 'ਤੇ ਹਾਲੇ ਕੋਈ ਵੀ ਜੇਲ ਬ੍ਰੇਕ
अवेलेबल हाले नहीं है जी। जदों भी होऊंगा तो मैं वीडियो लेके आप जी अगर हाजिर हो जाऊंगा जी। तो आज लिए बस इन्ना ही। अगर जो वीडियो पसंद आई है तो प्लीज़ लाइक कमेंट शेयर जरूर करियो जी। तो चैनल नू सब्सक्राइब करना ना भुल्यो जी। तो बैल आइकन नू भी जरूर दबायो जी। तो आज लिए बस इन्ना ही। ओके बाय जी।